वाहिगुरु की कृपा देखो इन कुछ होया नहीं बाई जे कि दोनों तारा कट्ठिया हाथ ला लेंदा तो बिलास सुना दी चला खड़ा हो पत्थर मारू अख भन दूंगा कोई ना भन दे हट जा कोई ना भन दे मेरा हट पागल मेरे वीरे नूं मैड तां उह लोक ने उह मैड ने लोक जिहड़े तैनूं कहिंदे ने मैड कमाल करती वीरे मैं अगे सोची जाना ये वीडियो अगे शेयर होंगे कौन कर रहा बाबा ही कर रहा वीरा ये फिर चक्या अपना बनेरा वरों इटा उटा मार मूर के सारा कुछ कर करके जिन्ने लोग खड़ जाते ने ओ बद फिर ये लग जाए कोई स्नेक नहीं मिलूगा अगे सोनू कोबरा रोटी दी कोई नाग मिलेंगे तू अगे खतरा बहुत खतरा फिर तो कोबरा है जेने मार देने पनीर शीश नाग कोई है नहीं देखभाल करने वाला ठीक है कोई गल नहीं कोई अख सुजी हुई है काफी ज्यादा माफी मांगदे आ दूसरी गल ए आज जिहड़े चेहरे नूं तुसीं अपनी स्क्रीन ते देख रहे हो वीर एस पी बाबा दस रहा वीर एस पी सिंह सुदर्शन पाल सिंह बाबा सुदर्शन पाल सिंह सन ऑफ यज्ञा पाल सिंह रिटायर कांस्टेबल पेटी नंबर 831 वाह जी वाह ओके सर कितने साल रिटायर हो बाद देखांगे जी इतना टाइम नहीं है मेरे को मेरा दिमाग ठंडा हो अहमदगढ़ मंडी तो हाँ जी लेके आए ने वीरे नु जिवें तुसीं मूहरे वीडियो देखी है वीडियो दे विच की कर रहा सी वीरा कोठे ते चढ़िया होया किहड़ियां करंट वालियां वड्डियां तारां हुंदियां जिहड़ियां उपर जांदियां हाई वोल्टेज दियां ओह छड़दे लमक जेगा उहनां नूं हत्थ ला रहे आ खिच रहे आ फड़ के देखो जाको राके साईयां मार सके ना कोई ओहदे च इन्ना वोल्टेज हाई वोल्टेज दा करंट हुंदा ते वाहिगुरु दी कृपा देखो इहनूं कुछ होया नहीं बाई नूं जे किते दोनों तारां नूं कट्ठिआं नूं हत्थ ला लैंदा तां सारा पटाका पै जांदा ब्लास्ट होणा सी पर इह इक तार नूं फड़दा सी इदां ते उहनूं खिच्ची जांदा सी सामने बाई सलून सी ओहदा देख रहे सी सलून वाला सी बाई तुसी भेज रहे सी वीडियो सानू नहीं वीडियो कौन भेज रहे सानू हां डॉक्टर सी सॉरी हां डॉक्टर बीडीएस डॉक्टर सी बाई ए बीडीएस ओ बेचारा रौला पा रहा उची उची हाका मारदा इहनू बाई ना ओ छड़दे तार पर इह तारां दे नाल ओहनू खिचो तां नहीं कर रहे व्हाट इज द मेन रीजन व्हाई दी डूइंग वर्क पानी कट कट के उत्ते सिर च पा रहा ओनू पी रहा
ਪਾਣੀ ਗੰਦਾ ਪਾਣੀ ਦੇ ਨਾਲ ਨਹਾ ਰਿਹਾ ਬਾਈ ਨਗਨ ਅਵਸਥਾ ਵਿੱਚ ਘੁੰਮ ਰਿਹਾ ਸੜਕ ਤੇ ਉਹ ਕਹਿੰਦੇ ਮਿੱਟੀ ਨਾ ਫਰੋਲ ਜੋਗਿਆ ਨਹੀਂ ਲੱਭਣੇ ਲਾਲ ਗਵਾਚੇ ਇਹ ਪਤਾ ਨਹੀਂ ਵਿਚਾਰਾ ਕਿਹੜੇ ਲਾਲ ਲੱਭਦਾ ਮਿੱਟੀ ਗੰਦ ਸਿਰ ਚ ਪਾਈ ਜਾਂਦਾ ਉਹਦੇ ਉੱਪਰ ਤੇ ਫਿਰ ਜਦੋਂ ਸਾਨੂੰ ਫੋਨ ਆਇਆ ਉੱਥੋਂ ਉਹਨਾਂ ਵੀਰਾਂ ਨੇ ਦੱਸਿਆ ਫੋਨ ਕਰਕੇ ਵੀ ਸਾਡੇ ਪਰਿਵਾਰ ਦੇ ਮੈਂਬਰ ਬੱਚੇ ਸਾਰੇ ਡਰੇ ਬੈਠੇ ਆ ਇਸ ਤੋਂ ਵੀ ਇਹਦੇ ਪਰਿਵਾਰ ਚ ਪਿੱਛੇ ਕੋਈ ਨਹੀਂ ਇਹਦੀ ਕੇਅਰ ਕਰਨ ਵਾਲਾ ਭਰਾ ਨਾ ਭਰਜਾਈ ਆ ਨਾ ਮਾਂ ਨਾ ਪਿਓ ਆ ਨਾ ਭੈਣ ਨਾ ਭਰਾ ਕੋਈ ਨਹੀਂ ਹੈਗਾ ਤੇ ਇਹ ਆ ਬਾਈ ਤੁਸੀਂ ਕਿੱਥੇ ਰਹਿੰਦੇ ਹੋ ਬਾਈ ਜੀ ਜਾਈ ਬਰਵਾਲੇ ਤੁਹਾਡਾ ਕੀ ਨਾਂ ਤਨਵੀਰ ਸਿੰਘ ਸਤਵੀਰ ਸਿੰਘ ਸਤਵੀਰ ਜੀ ਇਹ ਪਰਿਵਾਰ ਚ ਕੀ ਹਿਸਟਰੀ ਇਹਨਾਂ ਦੀ ਪਰਿਵਾਰ ਦੀ ਹਿਸਟਰੀ ਸਰ ਮੈਂ ਇਹਨਾਂ ਦੇ ਨਾਲ 2005 ਤੋਂ ਜੁੜਿਆ ਸਰ ਜੀ ਸਰ 2005 ਚ ਮੇਰੀ ਮੈਰਿਜ ਹੋਈ ਸੀ ਜੀ ਉਦੋਂ 2000 ਮਤਲਬ 15-16 ਤੱਕ ਇਹ ਬਿਲਕੁਲ ਓਕੇ ਸੀਗਾ ਜੀ ਜੀ ਕਿੰਨਾ ਪੜਿਆ ਜੀ ਇਹ ਐਮਏ ਹੈ ਜੀ ਐਮਏ ਪੜਿਆ ਹੈ ਹਾਂਜੀ ਮਾਤ ਭਾਸ਼ਾ ਪੰਜਾਬੀ ਉਸ ਤੋਂ ਬਾਅਦ ਸਰ 2016 ਚ ਅਸੀਂ ਚਲੋ ਜਿਵੇਂ ਸੈਟਿੰਗ ਸ਼ੂਟਿੰਗ ਕਰਕੇ ਜਿਵੇਂ ਵੀ ਹੈ ਇਨ ਕੇ ਨਾ ਮੈਰਿਜ ਕਰਾਈ ਜੀ ਮੈਰਿਜ ਕਰਾਈ ਤਾਂ ਮੈਰਿਜ ਤੋਂ ਜਸਟ ਅਗਲੇ ਦਿਨ ਹੀ ਪਤਾ ਨਹੀਂ ਕੀ ਹੋਇਆ ਆਹੀ ਪੋਜੀਸ਼ਨ ਇਨਕੀ ਹੋ ਗਈ ਦੂਜੇ ਦਿਨ ਜਿਹੜੀ ਕੁੜੀ ਸੀਗੀ ਉਹਨੂੰ ਅਸੀਂ ਮਤਲਬ ਛੱਡ ਕੇ ਆ ਗਏ ਚਲੋ ਫਿਰ ਟ੍ਰੀਟਮੈਂਟ ਇਨਕਾ ਕਰਾ ਜੀ ਖੰਨੇ ਕਰੀਬ 1-1.5 ਮਹੀਨਾ ਮਤਲਬ 2-3 ਮਹੀਨੇ ਟ੍ਰੀਟਮੈਂਟ ਚੱਲਦਾ ਰਿਹਾ ਦਵਾਈ ਠੀਕ ਹੋ ਗਿਆ ਬੀਚ ਬੀਚ ਮੈਂ ਨਾ 4-5 ਮਹੀਨੇ ਠੀਕ ਹੋ ਗਿਆ ਮਤਲਬ ਸਾਲ ਠੀਕ ਹੋ ਗਿਆ ਉਸ ਤੋਂ ਬਾਅਦ ਮਤਲਬ ਫਿਰ ਹਲਕਾ ਹਲਕਾ ਮਤਲਬ ਪ੍ਰੋਬਲਮ ਆਉਂਦੀ ਰਹੀ ਠੀਕ ਹੈ ਜੀ ਉਸ ਤੋਂ ਬਾਅਦ 2-3 ਵਾਰ ਇਹ ਹੋ ਗਿਆ 2-3 ਵਾਰ ਹੋਣ ਤੋਂ ਬਾਅਦ ਹੁਣ 2021 ਚ ਮੇਰੀ ਮਿਸਿਜ ਜਿਹੜੀ ਸੀਗੀ ਇਨਕੀ ਭੈਣ ਉਹ ਕੋਵਿਡ ਕਰ ਗਈ ਪੂਰੀ ਹੋ ਗਈ ਤੁਹਾਡੇ ਵਾਈਫ ਪੂਰੇ ਹੋ ਗਏ ਹਾਂਜੀ ਪੂਰੇ ਹੋ ਗਏ 2021 ਚ ਕਰੋਨਾ ਹਾਂਜੀ ਉਸ ਤੋਂ ਬਾਅਦ ਸਰ ਮਾਤਾ ਪੂਰੇ ਹੋ ਗਏ 21 ਮਈ ਨੂੰ 2023 ਨੂੰ ਬਈ ਕੇਸ ਕਰ ਦੂੰਗਾ ਮੈਨੇ ਕਿਹਾ ਯਾਰ ਮੈਂ ਜਿਹੜਾ ਕੁਛ ਕਰਾਂਗਾ ਵੀਰ ਜੀ ਤੁਸੀਂ ਇੱਕ ਗੱਲ ਸੋਚੋ ਬਈ ਮੈਂ ਤਾਂ ਇਹ ਠੀਕ ਹੋ ਜਾਗਾ ਮੇਰੇ ਤਾਂ ਲਿੰਕ ਤੁਸੀਂ ਨਾ ਰੱਖੋ ਨਹੀਂ ਉਹਨੂੰ ਬੁਲਾ ਲੈਣਾ ਨਹੀਂ ਉਹ ਵੀ ਆਇਆ ਤੁਸੀਂ ਕੀਤੀ ਗੱਲ ਪਿੰਡ ਵਾਲਿਆਂ ਨੇ ਬਾਈ ਪਿੰਡ ਵਾਲਿਆਂ ਨਾਲ ਗੱਲ ਕੀਤੀ ਸਰ ਉਹ ਫੋਨ ਵੀ ਜਲਦੀ ਸੀ ਚੱਕਦੇ ਨਹੀਂ ਥੋੜਾ ਜਿਹਾ ਹੋਰ ਅੱਗੇ ਹੋ ਤੁਸੀਂ ਬਾਈ ਗਵਾਂਢੀ ਉਹਨਾਂ ਦੇ ਸਾਰਾ ਸਾਹਮਣੇ ਘਰ ਆ ਇਹ ਇਹਨੂੰ ਬਾਈ ਕਿੰਨੇ ਟਾਈਮ ਤੋਂ ਇਦਾਂ ਦੇਖਦੇ ਹੋ ਤੁਸੀਂ 10-12 ਸਾਲ ਹੋ ਗਏ 10-12 ਸਾਲਾਂ ਤੋਂ ਆਹੀ ਹਾਲਤ ਚ ਆ ਨਹੀਂ ਜੀ ਹਾਲਤ ਓਕੇ ਹੋ ਜਾਂਦੀ ਹੈ ਜੀ ਮੈਡੀਸਨ ਦਵਾ ਦਿੰਦੇ ਸੀਗੇ ਸਰ ਤੇ ਓਦੋ ਬਾਅਦ ਫਿਰ ਟ੍ਰੀਟਮੈਂਟ ਹੋ ਕੇ ਫਿਰ ਇਹ ਲੋਟ ਹੋ ਜਾਂਦਾ ਸੀਗਾ ਸਰ ਕਰੰਟ ਵਾਲੀਆਂ ਤਾਰਾਂ ਨੂੰ ਹੱਥ ਲਾਉਂਦਾ ਜਾਂ ਹੋਰ ਘਰੇ ਕੋਈ ਨਹੀਂ ਦਰਅਸਲ ਕਰੰਟ ਵਾਲੀਆਂ ਤਾਰਾਂ ਨੂੰ ਹੱਥ ਪਾ ਲਿਆ ਸੀਗਾ ਫਿਰ ਅਸੀਂ ਬਿਜਲੀ ਮਹਿਕਮੇ ਨੂੰ ਕਿਹਾ ਕਿ ਇਹ ਸੁੱਚ ਕੱਟੀ ਜਾਵੇ ਭਜਾਉਂਦੇ ਆ ਚਲੋ ਜੈਸਾ ਹੈਗਾ ਵਾ
ਕਿ ਤੁਸੀਂ ਕਿਉਂ ਇਹਨੂੰ ਡਿਸਟਰਬ ਕਰ ਰਹੇ ਹੋ ਠੀਕ ਆ ਤੇ ਇਹਨੇ ਦੇਖਿਆ ਕਿ ਫਿਰ ਚੱਕਿਆ ਆਪਣਾ ਪਨੇਰਾ ਵਰੋਂ ਇੱਟਾਂ ਉੱਟਾਂ ਮਾਰ ਮੂਰ ਕੇ ਸਾਰਾ ਕੁਛ ਕਰ ਕੁਰ ਕੇ ਥੱਲੇ ਜਿੰਨੇ ਲੋਕ ਖੜ ਜਾਂਦੇ ਨੇ ਉਦੋਂ ਵੱਧ ਫਿਰ ਇਹ ਲੱਗ ਜਾਂਦਾ ਜੋ ਦੇਖਦੇ ਆ ਲੋਕ ਉਦੋਂ ਜ਼ਿਆਦਾ ਕਰਦਾ ਉਹ ਜ਼ਿਆਦਾ ਲੱਗ ਜਾਂਦਾ ਫਿਰ ਇਹ ਜਾਂਦਾ ਸਿੱਧਾ ਥਾਣੇ ਥਾਣੇ ਰੁਕ ਜਾਂਦਾ ਫਿਰ ਉਹ ਰੋਟੀ ਪਾਣੀ ਦਿੰਦੇ ਨੇ ਇਹ ਨਹੀਂ ਹੈਗਾ ਕਿ ਇਹਨੂੰ ਰੋਟੀ ਪਾਣੀ ਸਾਰਾ ਕੁਛ ਗੁਰਦੁਆਰੇ ਅਸੀਂ ਸਪੈਸ਼ਲ ਕਿਹਾ ਕਿ ਗੁਰਦੁਆਰੇ ਰੋਟੀ ਖਾਂਦਾ ਅਤੇ ਰੋਟੀ ਭਾਈ ਇਹਨੂੰ ਰੋਟੀ ਪਾਣੀ ਅਸੀਂ ਦਿੰਦੇ ਹਾਂ ਅਸੀਂ ਕਹਿੰਦੇ ਰੋਟੀ ਪਾਣੀ ਖਾ ਪਾਣੀ ਪੀ ਜੋ ਕੁਛ ਮਰਜ਼ੀ ਆ ਅਸੀਂ ਤਾਂ ਇਹੀ ਕੁਛ ਕਰ ਸਕਦੇ ਹਾਂ ਸਰ ਇਹਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਸਾਰੀ ਗੱਲ ਵੀਰਾਂ ਦੀ ਵੀ ਸੁਣੀ ਜਿਹੜੀ ਵੀਡੀਓ ਦੇਖੀ ਹੈ ਤੁਸੀਂ ਪਹਿਲਾਂ ਦੇਖੋ ਵੀਡੀਓ ਦੇ ਵਿੱਚ ਕਿੱਡਾ ਖਤਰਨਾਕ ਰੂਪ ਸੀ ਇਖਤਿਆਰ ਕਰ ਲਿਆ ਵੀਰੇ ਨੇ ਵੀਰਾ ਮੈਂਟਲੀ ਅਪਸੈਟ ਸੀ ਦਿਮਾਗੀ ਅਪਸੈਟ ਆ ਠੀਕ ਆ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਆ ਜਾਂਦੀ ਡਿਪਰੈਸ਼ਨ ਚਲੇ ਜਾਂਦੇ ਪਰ ਆਪਣੇ ਭੈਣ ਭਰਾ ਆਪਣਾ ਪਰਿਵਾਰ ਤਾਂ ਸਾਥ ਦਿੰਦਾ ਨਾ ਜਿੱਥੇ ਆਪਣਾ ਪਰਿਵਾਰ ਨਹੀਂ ਸਾਥ ਦਿੰਦਾ ਉੱਥੇ ਹਾਲਾਤ ਨਰਕ ਤੋਂ ਵੀ ਬਦਤਰ ਹੋ ਜਾਂਦੇ ਨੇ ਹੁਣ ਬਾਈ ਦਾ ਸਕਾ ਭਰਾ ਵਾ ਉਹ ਆਇਆ ਨਹੀਂ ਭੈਣ ਦੀ 2021 ਦੇ ਵਿੱਚ ਮਈ 'ਚ ਕੋਵਿਡ ਦੇ ਦੌਰਾਨ ਡੈਥ ਹੋ ਗਈ ਉਸ ਟਾਈਮ ਕੋਵਿਡ ਫੈਲਿਆ ਸੀ ਸਾਡੇ ਅੰਦਰ ਵੀ ਮੈਂ ਵੀ ਉਸ ਟਾਈਮ ਮਈ ਦੇ ਵਿੱਚ ਕੋਵਿਡ ਤੋਂ ਅਫੈਕਟਡ ਰਿਹਾ ਅਤੇ ਉਹਨਾਂ ਦੇ ਜੀਜਾ ਜੀ ਆਏ ਨੇ ਸਤਵੀਰ ਸਿੰਘ ਜੀ ਇਹਨਾਂ ਦਾ ਵੀ ਸੱਤਿਆਵੀਰ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪੱਪੀ ਵੀਰਾ ਆਇਆ ਇਹਨਾਂ ਦਾ ਗਵਾਂਢੀ ਹੈ ਵੀਰਾ ਵੀਰਾ ਸਲੀਮ ਖਾਨ ਆਇਆ ਬਾਈ ਹੈ ਨਾ ਇਹਨਾਂ ਦੇ ਅਤੇ ਇੱਕ ਵੀਰ ਉਹਦਾ ਨਾਂ ਹੈਗਾ ਕੀ ਨਰਸ ਆ ਅਕਰਮ ਖਾਨ ਵੀਰਾ ਜਿਹਨੇ ਤੁਹਾਨੂੰ ਵੀਡੀਓ ਬਣਾ ਕੇ ਭੇਜੀ ਜਿਹਨਾਂ ਦੇ ਕਰਕੇ ਸਾਨੂੰ ਪਤਾ ਲੱਗਿਆ ਤੁਸੀਂ ਤਸਵੀਰਾਂ 'ਚ ਵੀਡੀਓ ਦੇ ਰਾਹੀਂ ਦੇਖਿਆ ਕੀ ਹਾਲਤ ਸੀ ਵੀਰ ਦੀ ਵੀਰ ਦਾ ਨਾਂ ਐਸ ਪੀ ਸਿੰਘ ਬਾਵਾ ਵਾ ਐਮ ਏ ਪੰਜਾਬੀ ਦੀ ਕੀਤੀ ਹੋਈ ਹੈ ਬਾਈ ਨੇ ਪੜ੍ਹਿਆ ਲਿਖਿਆ ਨੌਜਵਾਨ ਹੈ ਨਾ ਫਿਰ ਜਦੋਂ ਸਾਨੂੰ ਸੁਨੇਹਾ ਮਿਲਿਆ ਸੀ ਆਪਣੀ ਟੀਮ ਦੇ ਮੈਂਬਰਾਂ ਦੀ ਡਿਊਟੀ ਲਾਈ ਕਰਨ ਮੁੰਡਾ ਲਤਾਲੇ ਤੋਂ ਅਹਿਮਦਗੜ੍ਹ ਮੰਡੀ ਸਾਹਿਬ ਮੰਡੀ ਦੇ ਨੇੜੇ ਹੀ ਆ ਅਤੇ ਬਾਈ ਜੀ ਹੋਣੀ ਸੰਤੋਖ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਇਹ ਤਿੰਨੋਂ ਵੀਰ ਉੱਥੋਂ ਜਾ ਕੇ ਅਹਿਮਦਗੜ੍ਹ ਮੰਡੀ ਤੋਂ ਇਸ ਵੀਰ ਨੂੰ ਰੈਸਕਿਊ ਕਰਕੇ ਇੱਥੇ ਲੈ ਕੇ ਆਏ ਨੇ ਅਤੇ ਧੰਨਵਾਦ ਕਰਦੇ ਹਾਂ ਇਹਨਾਂ ਦੇ ਐਮ ਸੀ ਸਾਹਿਬ ਆ ਜੀ ਕਮਲਜੀਤ ਸਿੰਘ ਉੱਬੀ ਵੀਰਾ ਦੇਖਭਾਲ ਕੀਤੀ ਜਾਵੇ ਸਾਰਿਆਂ ਨੇ ਸਿਗਨੇਚਰ ਕੀਤੇ ਆ ਜੀ ਇਹ ਅੱਜ 3/8/23 ਨੂੰ ਮਤਲਬ ਅੱਜ ਇਹ ਇੱਥੇ ਲੈ ਕੇ ਆਉਂਦਾ ਵੀਰ ਹੁਣ ਤੁਸੀਂ ਆਪ ਸਮਝ ਸਕਦੇ ਹੋ ਇਸ ਟਾਈਮ ਵੀਰ ਦੀ ਹਾਲਤ ਹੈ ਜਿਹੜੀ ਕੀ ਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿੱਦਾਂ ਨਾਲੀ ਦੇ ਵਿੱਚੋਂ ਗੰਦਾ ਪਾਣੀ ਸਿਰ 'ਚ ਪਾਈ ਜਾਂਦਾ ਪੀ ਜਾਂਦਾ ਜਦੋਂ ਬੰਦਾ ਇਕੱਲਾਪਣ ਦਾ ਸ਼ਿਕਾਰ ਹੋ ਜਾਂਦਾ ਡਿਪਰੈਸ਼ਨ ਜਿਹਨੂੰ ਕਹਿੰਦੇ ਇਕੱਲਾਪਣ ਦਾ ਸ਼ਿਕਾਰ ਅੱਗੇ ਕੀ ਸੀ ਅੱਗੇ ਬੰਦਾ ਇੱਕ ਦੂਸਰੇ ਨਾਲ ਬਾਈ ਇੰਨਾ ਜੁੜਿਆ ਸੀ ਆਪਣੇ ਪੰਜਾਬ 'ਚ ਤਾਂ ਬਾਈ ਛੋਟੀ ਜਿਹੀ ਗੱਲ ਹੁੰਦੀ ਗੁਆਂਢੀਆਂ ਦੇ ਘਰੇ ਖੁਸ਼ੀ ਹੁੰਦੀ ਸਾਰਾ ਪਿੰਡ ਨੱਚਣ ਲੱਗ ਜਾਂਦਾ ਜਾ ਕੇ ਤੇ ਅੱਜ ਬਾਈ ਗੁਆਂਢੀਆਂ ਦੇ ਘਰੇ ਜੋ ਮਰਜ਼ੀ ਹੋਏ ਦੇਖਣ ਵੀ ਨਹੀਂ ਜਾਂਦੇ ਅਸੀਂ ਚਾਹੇ ਕੋਈ ਚੀਕਾਂ ਮਾਰ ਮਾਰ ਮਰ ਜਾਵੇ ਅਸੀਂ ਉਦੋਂ ਜਾਂਦੇ ਜਦੋਂ ਰੌਲਾ ਸ਼ਾਂਤ ਹੋ ਜਾਂਦਾ ਵੀ ਹੁਣ ਠੀਕ ਆ ਹੁਣ ਦੇਖਦੇ ਹਾਂ ਤੇ ਅੱਜ ਪੱਪੀ ਬਾਈ ਹੁਣਾਂ ਦੇ ਮੁਤਾਬਕ ਜਿਹੜੀ ਇਹਨਾਂ ਨੇ ਗੱਲ ਦੱਸੀ ਹੈ ਸਾਰੀ ਹੈ ਨਾ ਬਾਈ ਸਲੀਮ ਬਾਈ ਹੁਣਾਂ ਨੇ ਇਹਨਾਂ ਨੇ ਹਰਾ ਨਾਰਾ ਮਾਰਿਆ ਉੱਥੋਂ ਦੇ ਆਸ ਪਾਸ ਦੇ ਲੋਕ ਇਹਨੂੰ ਰੋਟੀ ਪਾਣੀ ਦੇਈ ਗਏ 10-12 ਸਾਲਾਂ ਤੋਂ ਬਾਈ ਮੈਂਟਲੀ ਅਪਸੈਟ ਆ ਕਦੇ ਠੀਕ ਹੋ ਜਾਂਦਾ ਕਦੇ ਫਿਰ ਇਸੇ ਹਾਲਾਤ ਚਲੇ ਜਾਂਦਾ ਪੜ੍ਹਿਆ ਲਿਖਿਆ ਨੌਜਵਾਨ ਆਪਣੀ ਜ਼ਿੰਦਗੀ ਦੇ ਵਿੱਚ ਨਰਕ ਤੋਂ ਬਦਤਰ ਜ਼ਿੰਦਗੀ ਬਤੀਤ ਕਰ ਰਿਹਾ ਇਹ ਵੀਰ ਦੀ ਵੀਡੀਓ ਨੂੰ ਦੇਖ ਕੇ ਤੁਸੀਂ ਅਵੇਅਰ ਜ਼ਰੂਰ ਹੋਇਓ ਇਹ ਜਾਗਰੂਕ ਕਰਨ ਵਾਸਤੇ ਅਸੀਂ ਵੀਡੀਓ ਪਾ ਰਹੇ ਹਾਂ ਵੀ ਤੁਹਾਡੇ ਆਂਢ ਗੁਆਂਢ ਵੀ ਹੋਊਗਾ ਕੋਈ ਐਸ ਪੀ ਬਾਵਾ ਵਰਗਾ ਵੀਰ ਅਤੇ ਐਸ ਪੀ ਬਾਵਾ ਵੀਰ ਸੁਦਰਸ਼ਨਪਾਲ ਸਿੰਘ ਬਾਵਾ ਕਿਉਂ ਇਹਨਾਂ ਹਾਲਾਤਾਂ 'ਚ ਗਿਆ ਕਾਰਨ ਰੀਜ਼ਨ ਸਾਡਾ ਸਮਾਜ ਅੱਖਾਂ ਬੰਦ ਕਰਕੇ ਬੈਠ ਜਾਂਦਾ ਸਾਡਾ ਪਰਿਵਾਰ ਅੱਖਾਂ ਬੰਦ ਕਰਕੇ ਬੈਠ ਜਾਂਦਾ ਵੀ ਕੋਈ ਗੱਲ ਨਹੀਂ ਅਸੀਂ ਕੀ ਲੈਣਾ ਸਾਡਾ ਕੀ ਆ ਸਾਨੂੰ ਕੀ ਆ ਅਤੇ ਜਿਹਦੇ ਕਰਕੇ ਆ ਹਾਲਾਤ ਬਣ ਗਏ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾ ਠੀਕ ਹੋ ਕੇ ਤੰਦਰੁਸਤ ਹੋ ਕੇ ਇੱਥੇ ਸਾਡੇ ਸੁਪਨਿਆਂ ਦੇ ਘਰ 'ਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਪੂਰੀ ਰਹੇ ਬਸ ਇਹ ਵੀਰਾ ਪੜ੍ਹਿਆ ਲਿਖਿਆ ਵਾ ਆਪਣੀ ਪੜ੍ਹਾਈ ਲਿਖਾਈ ਦੇ ਨਾਲ ਸਾਡੇ ਤੇ ਸੁਪਨਿਆਂ ਦੇ ਘਰ 'ਚ ਕੋਈ ਸੇਵਾ ਕਰਵਾਵੇ ਨਾਲ ਲੱਗ ਕੇ ਸਾਡੇ ਬਸ ਇਹੀ ਸਾਡੀ ਬੇਨਤੀ ਆ ਤੁਹਾਡੀਆਂ ਅਰਦਾਸਾਂ ਦੀ ਦੁਆਵਾਂ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਜ਼ਰੂਰ ਕਰਿਓ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ